ਸੋਹਣਿਓ ਸੱਜਣੋ, ਆਪਾਂ ਤੁਹਾਨੂੰ ਅੱਜ ਦੱਸਾਂਗੇ ਵੀ ਗੀਜ਼ਰ ਨੂੰ ਰਸੋਈ ਦੇ ਵਿੱਚ ਕਿਹੜੀ ਸੁੱਚ ਲੈਣੀ ਚਾਹੀਦੀ ਹੈ ਰਸੋਈ ਵਾਲੇ ਗੀਜ਼ਰ ਨੂੰ, ਠੀਕ ਹੈ। ਅਤੇ ਮੇਰਾ ਤਾਂ ਕਹਿਣ ਦਾ ਭਾਵ ਇਹ ਆ ਵੀ ਆਪਣਾ ਜਿਹੜਾ ਬਾਥਰੂਮ ਦੇ ਵਿੱਚ ਗੀਜ਼ਰ ਲੱਗਿਆ ਹੁੰਦਾ ਉਹਨੂੰ ਉੱਥੇ ਵੀ ਆਪਾਂ ਨੂੰ ਇਹੀ ਸੁੱਚ ਵਰਤਣੀ ਚਾਹੀਦੀ। ਅਕਸਰ ਆਪਾਂ ਨੂੰ ਹਮੇਸ਼ਾ ਇਹ ਵੱਡਾ ਰੱਖਣਾ ਚਾਹੀਦਾ ਥੋੜ੍ਹਾ ਬਹੁਤਾ। ਉਹਦੇ ਵਿੱਚ ਕੀ ਹੁੰਦਾ, ਕੱਲ੍ਹ ਨੂੰ ਜੇ ਕੋਈ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਉਹਦੇ ਵਿੱਚ, ਆਪਾਂ ਜਿਵੇਂ ਹੁਣ ਆਪਾਂ ਹੁਣ ਇਹ ਚੀਜ਼ ਆਪਾਂ ਐਡ ਕਰਦੇ ਹਾਂ, ਹੈ ਨਾ, ਵੀ ਹੁਣ ਆਪਾਂ ਜਿਹੜੀ ਸੁੱਚ ਆ ਉਹ ਆਪਾਂ ਹੋਰ ਤਰੀਕੇ ਦੀ ਲਾਉਂਦੇ ਹਾਂ, ਆਪਾਂ ਤੁਹਾਨੂੰ ਸਾਰਾ ਦੱਸਾਂਗੇ ਉਹ ਸੁੱਚ ਕਿਹੜੀ ਲਾਉਣੀ ਚਾਹੀਦੀ ਆ। ਮੁੜ ਕੇ ਤੁਹਾਡੀ ਵਾਰ ਵਾਰ ਗੀਜ਼ਰ ਦੀ ਸੁੱਚ ਜਿਵੇਂ ਖਰਾਬ ਹੁੰਦੀ ਆ ਉਹ ਸ਼ਿਕਾਇਤ ਤੁਹਾਨੂੰ ਕਦੇ ਨਹੀਂ ਆਊਗੀ ਹੁਣ, ਠੀਕ ਹੈ ਜੀ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਉ। ਸਾਰਿਆਂ ਨੂੰ ਪਿਆਰ ਪ੍ਰੀਆ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜਿਵੇਂ ਆਪਣਾ ਨਾ ਗੀਜ਼ਰ ਲੱਗਿਆ ਹੁੰਦਾ ਰਸੋਈ ਦੇ ਵਿੱਚ, ਜਿਵੇਂ ਉਹ ਆਪਣਾ 3-3 ਦਾ ਬਕਸਾ ਰੱਖਿਆ ਵਾ ਨਾ, ਆਹ ਗੀਜ਼ਰ ਦਾ ਪੁਆਇੰਟ ਆ। ਉਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ, ਥੱਲੇ ਉਰੇ ਆਪਾਂ 5-3 ਦਾ ਬਕਸਾ ਦੇ ਦਿੰਦੇ ਹਾਂ। 5-3 ਦੇ ਬਕਸੇ 'ਚ ਕੀ ਹੁੰਦਾ, ਮਤਲਬ ਵੀ ਇੱਕ ਤਾਂ ਇਹਦਾ ਇਹਦਾ ਆਪਣਾ ਫਿਲਟਰ ਲੱਗਿਆ ਹੁੰਦਾ ਜਿਹੜਾ, ਉਹਦਾ ਪਲੱਗ ਸੁੱਚ ਲੱਗ ਜਾਂਦਾ, ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਸੁੱਚ ਹੋਰ ਲੱਗ ਜਾਂਦੀ ਆ ਆਪਾਂ ਗੀਜ਼ਰ ਵਾਸਤੇ ਲਾਉਂਦੇ ਹਾਂ। ਜਿਹੜਾ ਰਸੋਈ ਦੇ ਵਿੱਚ ਗੀਜ਼ਰ ਹੁੰਦਾ ਆਪਣੇ, ਉਹਦਾ ਜਿਹੜਾ ਐਲੀਮੈਂਟ ਹੁੰਦਾ ਉਹ 3 ਕਿਲੋਵਾਟ ਦਾ ਹੁੰਦਾ। 3 ਕਿਲੋਵਾਟ ਦਾ ਘੱਟੋ ਘੱਟ 12-13 ਅੰਪੇਅਰ ਹੋ ਜਾਂਦੇ ਆ, 12 ਅੰਪੇਅਰ ਹੋ ਜਾਂਦੇ ਆ, ਠੀਕ ਹੈ ਜੀ। ਕੋਈ 13 ਵੀ ਹੋ ਜਾਂਦਾ ਕਈ ਵਾਰੀ। ਅਤੇ 12 ਅੰਪੇਅਰ ਦੇ ਵਿੱਚ ਕੀ ਹੁੰਦਾ, ਜਿਹੜੀ ਆਪਾਂ 20 ਅੰਪੇਅਰ ਦੀ ਸੁੱਚ ਲਾਉਂਦੇ ਆਪਾਂ ਆਮ, ਹੈ ਨਾ, ਕਈ ਵਾਰ ਕੀ ਹੁੰਦਾ ਮਤਲਬ ਜਿਹੜੀਆਂ ਥੱਲੇ ਕੰਪਨੀਆਂ ਦੇ ਮਾਡਲ ਥੱਲੇ ਵਾਲੇ ਮਾਡਲ ਲਾਉਂਦੇ ਆ ਨਾ, ਹਰ ਕੋਈ ਵਧੀਆ ਮਾਡਲ ਨਹੀਂ ਲਾਉਂਦਾ ਹੈਗਾ। 100 ਚੋਂ 10% ਵਧੀਆ ਸਮਾਨ ਲਾਉਂਦੇ ਆ ਬੰਦੇ, ਹੈ ਨਾ, 90% ਮਤਲਬ ਕੁਆਲਿਟੀ ਲੋ ਲੱਗਦੀ ਆ। ਉਹਦੇ ਵਿੱਚ ਕੀ ਹੁੰਦਾ ਵੀ ਤੁਹਾਡੀ ਜਿਹੜੀ ਸੁੱਚ ਹੈ ਉਹ ਬਹੁਤੀ ਦੇਰ ਚੱਲਦੀ ਨਹੀਂ ਹੈਗੀ, ਕਿਉਂਕਿ ਜੇ 20 ਅੰਪੇਅਰ ਦੀ ਸੁੱਚ ਲਿਖਿਆ ਹੁੰਦਾ ਤਾਂ 20 ਅੰਪੇਅਰ ਚੱਕਦੀ ਨਹੀਂ ਹੈਗੀ ਲੋਡ, ਉਹ ਤਾਂ ਉਹ 7-8 ਅੰਪੇਅਰ ਮਸੀ ਚੱਕਦੀ ਆ। ਉਸ ਤੋਂ ਬਾਅਦ ਉਹ ਸੁੱਚ ਕੀ ਹੁੰਦੀ ਆ ਵੀ ਸੁੱਚ ਉੜ ਜਾਂਦੀ ਆ ਜਲਦੀ, ਉਹ ਤੁਹਾਡੀ ਸੁੱਚ ਉੜੀ ਜਾਂਦੀ ਆ। ਫਿਰ ਬਕਸਾ ਆਪਾਂ ਛੋਟਾ ਰੱਖਿਆ ਹੁੰਦਾ ਉਹਦੇ ਵਿੱਚ ਕਪੈਸਿਟੀ ਨਹੀਂ ਲੱਗਦੀ। ਆਪਾਂ ਇਹਦੇ ਪਾਸੇ ਦੱਸਦੇ ਹਾਂ ਵੀ ਇਹਦੇ ਵਿੱਚ ਕੀ ਲਾਉਣਾ ਚਾਹੀਦਾ। ਇਹਦੇ ਵਿੱਚ ਲਾਉਣਾ ਚਾਹੀਦਾ ਜਿਵੇਂ ACDP ਆਉਂਦੀ ਹੈ ਨਾ ਡਬਲ ਪੁਆਇੰਟ ਵਾਲੀ, ਉਹ 32 ਅੰਪੇਅਰ ਦੀ ਹੁੰਦੀ ਆ। ਹੁਣ ਤੁਸੀਂ AC ਦੇ ਦੇਖਿਆ ਹੋਣਾ ਕਿੰਨੇ ਕਿੰਨੇ ਅੰਪੇਅਰ ਹੋ ਜਾਂਦੇ, ਹੈ ਨਾ, 10-12 ਅੰਪੇਅਰ ਹੋ ਜਾਂਦੇ, ਜਿਵੇਂ ਮਾੜਾ ਪੁਰਾਣੇ ਮਾਡਲ ਦੇ AC ਹੁੰਦੇ ਸੀ, ਹੈ ਨਾ, ਉਹਨਾਂ ਨੂੰ ਵੀ ਮਤਲਬ ਉਹ ਖਿੱਚਦੀ ਆ। ਇਸ ਕਰਕੇ ਇਹਦੇ ਵਾਸਤੇ ਆ ਜਿਹੜੀ ਡਬਲ DP ਸੁੱਚ ਲਾਉਣੀ ਚਾਹੀਦੀ ਆ। ਇਸ ਕਰਕੇ ਜਿਹੜਾ ਉਰੇ ਬੋਰਡ ਹੈ 8-3 ਦਾ ਰੱਖਣਾ ਚਾਹੀਦਾ, ਠੀਕ ਹੈ ਜੀ। ਜਿਹੜੀ ਆਪਾਂ ਸਿੰਗਲ ਸੁੱਚ ਲਾਉਂਦੇ ਹਾਂ ਉਹ ਸੁੱਚ ਖੜਦੀ ਨਹੀਂ ਬਹੁਤੀ ਦੇਰ, ਕਿਉਂਕਿ ਜਿਹੜਾ ਉਹਦਾ ਐਲੀਮੈਂਟ ਹੁੰਦਾ ਹੈ ਉਹ 3 ਕਿਲੋਵਾਟ ਦਾ ਹੁੰਦਾ। ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਉ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, YouTube ਚੈਨਲ ਨੂੰ ਵੀ ਫੋਲੋ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਉ। ਧੰਨਵਾਦ ਜੀ।